ਉਹ ਜਮਾਂ ਸਿਰ ਸੁਰ ਲਾਤਾ ਸੀਗਾ ਉਹਦੇ ਚੱਕ ਲਿਆ ਜਿਹੜਾ, ਅਤੇ ਦੂਜਾ ਇਹਨੂੰ ਬਾਅਦ 'ਚ ਦੇਖਿਆ ਦੂਜੇ ਮੁੰਡੇ ਦੀਆਂ ਲੱਤਾਂ ਲੁੱਤਾਂ 'ਤੇ ਵਾਹਵਾ ਮਾਰਿਆ, ਤਿੰਨ ਚਾਰ ਮੁੰਡਿਆਂ ਨੂੰ ਪੁੱਟਿਆ, ਉਹ ਤੋਂ ਬਾਅਦ ਭੱਜ ਗਿਆ। ਉਹ ਵੈਨ ਵਾਲੇ ਪਿਆ ਅਸੀਂ ਵੈਨ ਵਾਲੇ ਨੂੰ ਕਹੀ ਗਏ, ਉਹਨਾਂ ਨੇ ਪਿਆਈ ਨਹੀਂ, ਉਹਨੇ ਜਾਣ ਕੇ ਬੰਦ ਕਰਤੀ ਵੈਨ, ਵੈਨ ਵੂਨ ਖੋਲ੍ਹ ਕੇ ਅਤੇ ਮੁੰਡਿਆਂ ਨੂੰ ਖਿੱਚ ਖਿੱਚ ਕੇ ਕਿਰਪਾਨਾਂ 'ਤੇ ਕਿਰਪਾਨਾਂ ਮਾਰੀਆਂ। ਯੂਥ ਅਕਾਲੀ ਦਲ ਦੀ ਰੈਲੀ ਤੋਂ ਵਾਪਸ ਆ ਰਹੇ ਨੌਜਵਾਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ। ਦੱਸ ਦਈਏ ਕਿ ਵੈਨ ਨੂੰ ਘੇਰ ਕੇ ਕੁਝ ਬਦਮਾਸ਼ਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਕੁੱਟਿਆ ਗਿਆ, ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਇੱਥੋਂ ਤੱਕ ਕਿ ਵੈਨ ਦੇ ਸ਼ੀਸ਼ੇ ਵੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਭੰਨੇ ਗਏ ਨੇ। ਤਾਂ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਯੂਥ ਅਕਾਲੀ ਦਲ ਦੀ ਅੱਜ ਰੈਲੀ ਸੀ, ਜਿੱਥੇ ਹਰਸਿਮਰਤ ਕੌਰ ਦੇ ਵੱਲੋਂ ਨੌਜਵਾਨਾਂ ਨੂੰ ਸੰਬੋਧਨ ਕੀਤਾ ਗਿਆ। ਤਾਂ ਇਹ ਨੌਜਵਾਨ ਰੈਲੀ ਤੋਂ ਵੈਨ ਦੇ ਰਾਹੀਂ ਵਾਪਸ ਆ ਰਹੇ ਸੀ, ਤਾਂ ਰਸਤੇ ਦੇ ਵਿੱਚ ਕੁਝ ਬਦਮਾਸ਼ ਆਏ ਜਿਨ੍ਹਾਂ ਨੇ ਵੈਨ ਨੂੰ ਘੇਰ ਲਿਆ ਔਰ ਵੈਨ ਦੇ ਵਿੱਚ ਵੜ ਕੇ ਇਹਨਾਂ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਨੇ। ਫਿਲਹਾਲ ਇਹਨਾਂ ਨੌਜਵਾਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ। ਜਾਣਕਾਰੀ ਮੁਤਾਬਿਕ ਇਹਨਾਂ ਦੀ ਰੈਲੀ ਦੇ ਵਿੱਚ ਲੜਾਈ ਹੋਈ ਸੀ, ਜਿਸ ਤੋਂ ਬਾਅਦ ਨੌਜਵਾਨਾਂ ਨੇ ਰਾਹ ਦੇ ਵਿੱਚ ਘੇਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਾਂ ਵੈਨ ਦੇ ਸ਼ੀਸ਼ੇ ਵੀ ਇਹਨਾਂ ਦੇ ਵੱਲੋਂ ਭੰਨੇ ਗਏ ਨੇ, ਸ਼ਰੇਆਮ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਔਰ ਇਹ ਨੌਜਵਾਨ ਜੋ ਜ਼ਖਮੀ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਤੋਂ ਵਾਪਸ ਆਪੋ ਆਪਣੇ ਘਰਾਂ ਨੂੰ ਜਾ ਰਹੇ ਸੀ। ਤਾਂ ਰਸਤੇ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਤਾਂ ਪੁਲਿਸ ਦੇ ਵੱਲੋਂ ਕਈ ਨੌਜਵਾਨ ਹਿਰਾਸਤ ਵਿੱਚ ਲਏ ਗਏ ਨੇ ਔਰ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਯੂਥ ਅਕਾਲੀ ਦਲ ਦਾ ਅੱਜ ਇਕੱਠ ਹੋਇਆ ਸੀ, ਬਹੁ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਸੀ। ਜਿਉਂ ਹੀ ਵੈਨ ਦੇ ਰਾਹੀਂ ਵਾਪਸ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਘੇਰ ਕੇ ਇਹਨਾਂ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਸਿਰ 'ਤੇ ਗੰਭੀਰ ਸੱਟਾਂ ਮਾਰੀਆਂ ਨੇ। ਠੀਕਾ, ਅਤੇ ਦੋ ਮੁੰਡਿਆਂ ਨੂੰ ਮਾਰ ਉਹਨਾਂ ਨੇ, ਇੱਕ ਮੁੰਡਾ ਇੱਧਰ ਜਿਹੜਾ ਅਸੀਂ ਚੱਕ ਲਿਆਏ ਉਹਨਾਂ ਨੂੰ ਬਸ ਉਹ ਜਮ੍ਹਾਂ ਸਿਰ ਸੁਰ ਲਾਤਾ ਸੀਗਾ ਉਹਦੇ ਚੱਕ ਲਿਆਏ ਜਿਹੜਾ, ਅਤੇ ਦੂਜਾ ਇਹਨੂੰ ਬਾਅਦ 'ਚ ਦੇਖਿਆ ਦੂਜੇ ਮੁੰਡੇ ਦੀਆਂ ਲੱਤਾਂ ਲੁੱਤਾਂ 'ਤੇ ਵਾਹਵਾ ਮਾਰਿਆ, ਤਿੰਨ ਚਾਰ ਮੁੰਡਿਆਂ ਨੂੰ ਪੁੱਟਿਆ, ਉਹ ਤੋਂ ਬਾਅਦ ਭੱਜ ਗਏ ਬਸ। ਅਸੀਂ ਤਾਂ ਵੈਨ 'ਚ ਸਰਸੇ ਉੱਥੇ ਗਏ ਸੀਗੇ, ਉੱਥੇ ਗ੍ਰੀਨ ਪੈਲਸ 'ਚ ਰੈਲੀ 'ਤੇ ਵੈਨ 'ਚ ਅਸੀਂ ਵਾਹਵਾ ਮੁੰਡੇ ਸੀਗੇ। ਉਹ ਵੈਨ ਵਾਲੇ ਪਿਆ ਅਸੀਂ ਵੈਨ ਵਾਲੇ ਨੂੰ ਕਹੀ ਗਏ, ਉਹਨਾਂ ਨੇ ਪਿਆਈ ਨਹੀਂ, ਉਹਨੇ ਜਾਣ ਕੇ ਬੰਦ ਕਰਤੀ ਵੈਨ, ਜਾਣ ਕੇ ਬੰਦ ਵੈਨ ਕਰਕੇ ਅਤੇ ਉਹਨਾਂ ਨੇ ਸਕੂਟਰੀ ਮੂਹਰੇ ਲਾ ਲਈ ਅਤੇ ਉਹ ਵੈਨ ਖੋਲ੍ਹ ਖਾਲ ਕੇ ਸਾਰੀ, ਅਤੇ ਉਹਨਾਂ ਨੇ ਵੈਨ ਵਨ ਸਾਰੀ ਖੋਲ੍ਹਤੀ, ਵੈਨ ਵੂਨ ਖੋਲ੍ਹ ਕੇ ਅਤੇ ਮੁੰਡਿਆਂ ਨੂੰ ਖਿੱਚ ਖਿੱਚ ਕੇ ਕਿਰਪਾਨਾਂ 'ਤੇ ਕਿਰਪਾਨਾਂ ਮਾਰੀਆਂ। ਉਸ ਤੋਂ ਬਾਅਦ ਉਹ ਵੈਨ ਵਾਲੇ ਦੀ ਵੈਨ ਤੋੜ ਗਏ, ਉਹ ਜਮ੍ਹਾਂ ਸਿਰ ਸੁਰ ਲਾਤਾ ਸੀਗਾ ਉਹਦੇ ਚੱਕ ਲਿਆ ਜਿਹੜਾ, ਅਤੇ ਦੂਜਾ ਇਹਨੂੰ ਬਾਅਦ 'ਚ ਦੇਖਿਆ ਦੂਜੇ ਮੁੰਡੇ ਦੀਆਂ ਲੱਤਾਂ ਲੁੱਤਾਂ 'ਤੇ ਵਾਹਵਾ ਮਾਰਿਆ, ਤਿੰਨ ਚਾਰ ਮੁੰਡਿਆਂ ਨੂੰ ਪੁੱਟਿਆ, ਉਸ ਤੋਂ ਬਾਅਦ ਭੱਜ ਗਏ। ਉਹ ਵੈਨ ਵਾਲੇ ਪਿਆ ਅਸੀਂ ਵੈਨ ਵਾਲੇ ਨੂੰ ਕਹੀ ਗਏ, ਉਹਨਾਂ ਨੇ ਪਿਆਈ ਨਹੀਂ, ਉਹਨੇ ਜਾਣ ਕੇ ਬੰਦ ਕਰਤੀ ਵੈਨ, ਵੈਨ ਵੂਨ ਖੋਲ੍ਹ ਕੇ ਅਤੇ ਮੁੰਡਿਆਂ ਨੂੰ ਖਿੱਚ ਖਿੱਚ ਕੇ ਕਿਰਪਾਨਾਂ 'ਤੇ ਕਿਰਪਾਨਾਂ ਮਾਰੀਆਂ। ਯੂਥ ਅਕਾਲੀ ਦਲ ਦੀ ਰੈਲੀ ਤੋਂ ਵਾਪਸ ਆ ਰਹੇ ਨੌਜਵਾਨਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਦੱਸ ਦਈਏ ਕਿ ਵੈਨ ਨੂੰ ਘੇਰ ਕੇ ਕੁਝ ਬਦਮਾਸ਼ਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਕੁੱਟਿਆ ਗਿਆ, ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਇੱਥੋਂ ਤੱਕ ਕਿ ਵੈਨ ਦੇ ਸ਼ੀਸ਼ੇ ਵੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਭੰਨੇ ਗਏ ਨੇ। ਤਾਂ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਯੂਥ ਅਕਾਲੀ ਦਲ ਦੀ ਅੱਜ ਰੈਲੀ ਸੀ, ਜਿੱਥੇ ਹਰਸਿਮਰਤ ਕੌਰ ਦੇ ਵੱਲੋਂ ਨੌਜਵਾਨਾਂ ਨੂੰ ਸੰਬੋਧਨ ਕੀਤਾ ਗਿਆ। ਤਾਂ ਇਹ ਨੌਜਵਾਨ ਰੈਲੀ ਤੋਂ ਵੈਨ ਦੇ ਰਾਹੀਂ ਵਾਪਸ ਆ ਰਹੇ ਸੀ, ਤਾਂ ਰਸਤੇ ਦੇ ਵਿੱਚ ਕੁਝ ਬਦਮਾਸ਼ ਆਏ ਜਿਨ੍ਹਾਂ ਨੇ ਵੈਨ ਨੂੰ ਘੇਰ ਲਿਆ
ਔਰ ਵੈਨ ਦੇ ਵਿੱਚ ਵੜ ਕੇ ਇਹਨਾਂ ਨੌਜਵਾਨਾਂ ਤੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਨੇ। ਫਿਲਹਾਲ ਇਹਨਾਂ ਨੌਜਵਾਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ। ਜਾਣਕਾਰੀ ਮੁਤਾਬਿਕ ਇਹਨਾਂ ਦੀ ਰੈਲੀ ਦੇ ਵਿੱਚ ਲੜਾਈ ਹੋਈ ਸੀ, ਜਿਸ ਤੋਂ ਬਾਅਦ ਨੌਜਵਾਨਾਂ ਨੇ ਰਾਹ ਦੇ ਵਿੱਚ ਘੇਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਵੈਨ ਦੇ ਸ਼ੀਸ਼ੇ ਵੀ ਇਹਨਾਂ ਦੇ ਵੱਲੋਂ ਭੰਨੇ ਗਏ ਨੇ। ਸ਼ਰੇਆਮ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਔਰ ਇਹ ਨੌਜਵਾਨ ਜੋ ਜ਼ਖਮੀ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਤੋਂ ਵਾਪਸ ਆਪੋ ਆਪਣੇ ਘਰਾਂ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਕਈ ਨੌਜਵਾਨ ਹਿਰਾਸਤ ਵਿੱਚ ਲਏ ਗਏ ਨੇ ਔਰ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਾਂ ਦੱਸਦੇ ਕਿ ਬਠਿੰਡਾ ਦੇ ਵਿੱਚ ਯੂਥ ਅਕਾਲੀ ਦਲ ਦਾ ਅੱਜ ਇਕੱਠ ਹੋਇਆ ਸੀ, ਬਹੁ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਸੀ। ਜਿਉਂ ਹੀ ਵੈਨ ਦੇ ਰਾਹੀਂ ਵਾਪਸ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਘੇਰ ਕੇ ਇਹਨਾਂ 'ਤੇ ਤੇਜ਼ ਤਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਸਿਰ 'ਤੇ ਗੰਭੀਰ ਸੱਟਾਂ ਮਾਰੀਆਂ ਨੇ। ਠੀਕਾ, ਅਤੇ ਦੋ ਮੁੰਡਿਆਂ ਨੂੰ ਮਾਰ ਉਹਨਾਂ ਨੇ, ਇੱਕ ਮੁੰਡਾ ਇੱਧਰ ਜਿਹੜਾ ਅਸੀਂ ਚੱਕ ਲਿਆਏ ਉਹਨਾਂ ਨੂੰ ਬਸ ਉਹ ਜਮ੍ਹਾਂ ਸਿਰ ਸੁਰ ਲਾਤਾ ਸੀਗਾ ਉਹਦਾ ਚੱਕ ਲਿਆਏ ਜਿਹੜਾ, ਅਤੇ ਦੂਜਾ ਇਹਨੂੰ ਬਾਅਦ 'ਚੋਂ ਦੇਖਿਆ ਦੂਜੇ ਮੁੰਡੇ ਦੀਆਂ ਲੱਤਾਂ ਲੁੱਤਾਂ 'ਤੇ ਵਾਹਵਾ ਮਾਰਿਆ, 3-4 ਮੁੰਡਿਆਂ ਨੂੰ ਪੁੱਟਿਆ, ਉਦੋਂ ਬਾਅਦ ਭੱਜ ਗਏ ਬਸ। ਅਸੀਂ ਤਾਂ ਵੈਨ 'ਚ ਸਰਸੇ ਉੱਥੇ ਗਏ ਸੀਗੇ, ਉੱਥੇ ਗ੍ਰੀਨ ਪੈਲਸ 'ਚ ਰੈਲੀ 'ਤੇ ਵੈਨ 'ਚ ਅਸੀਂ ਵਾਹਵਾ ਮੁੰਡੇ ਸੀਗੇ। ਉਹ ਵੈਨ ਵਾਲੇ ਭਿਆ ਅਸੀਂ ਵੈਨ ਵਾਲੇ ਨੂੰ ਕਹੀ ਗਏ, ਉਹਨਾਂ ਨੇ ਭਿਆ ਹੀ ਨਹੀਂ, ਉਹਨੇ ਜਾਣ ਕੇ ਬੰਦ ਕਰਤੀ ਵੈਨ, ਜਾਣ ਕੇ ਬੰਦ ਵੈਨ ਕਰਕੇ ਅਤੇ ਉਹਨਾਂ ਨੇ ਸਕੂਟਰੀ ਮੂਹਰੇ ਲਾ ਲਈ ਅਤੇ ਉਹ ਵੈਨ ਖੋਲ ਖਾਲ ਕੇ ਸਾਰੀ, ਅਤੇ ਉਹਨਾਂ ਨੇ ਵੈਨ ਵਨ ਸਾਰੀ ਖੋਲ੍ਹਤੀ, ਵੈਨ ਵੂਨ ਖੋਲ੍ਹ ਕੇ ਅਤੇ ਮੁੰਡਿਆਂ ਨੂੰ ਖਿੱਚ ਖਿੱਚ ਕੇ ਕਿਰਪਾਨਾਂ 'ਤੇ ਕਿਰਪਾਨਾਂ ਮਾਰੀਆਂ। ਉਸ ਤੋਂ ਬਾਅਦ ਉਹ ਵੈਨ ਵਾਲੇ ਦੀ ਵੈਨ ਤੋੜ ਗਏ।